Alo, ਚਾਹ ਪੀ ਲਈ? ਨਾ ਹੁਣ ਕੜੀ ਚੌਲ ਨਾਲ ਮੈਂ ਚਾਹ ਪੀਊਂਗਾ, ਕੋਈ ਲੱਲਾ ਕੱਖਾ ਹੈਗਾ ਦੋਨਾਂ ਦਾ? ਤੁਸੀਂ ਆਪੇ ਤਾਂ ਕਿਹਾ ਸੀ ਵੀ ਪ੍ਰੀਤ ਚਾਹ ਬਣਾ ਦੇ। ਹਾਂ ਕਿਹਾ ਸੀ, ਫਿਰ ਜਦੋਂ ਤੈਨੂੰ ਪਤਾ ਵੀ ਮੈਂ ਕੜੀ ਚੌਲ ਖਾਣ ਲੱਗ ਗਿਆ ਫਿਰ ਮੈਂ ਚਾਹ ਪੀਊਂਗਾ ਉਹਦੇ ਨਾਲ। ਆਹੋ ਨਾ ਮੋਟੇ ਦਿਮਾਗ ਦੀ, ਦਿਮਾਗ ਤੋਂ ਕੰਮ ਲੈ ਲਿਆ ਕਰ ਨਾ। ਤੇਰੀ ਮੰਮੀ ਨੇ ਕਦੇ ਸਿਖਾਇਆ ਨੀ ਤੈਨੂੰ ਕੁਛ? ਇਹ ਜੇ ਸਿਖਾਉਣ ਵਾਲੀ ਕਿਹੜੀ ਗੱਲ ਆ, ਤੁਸੀਂ ਚਾਹ ਮੰਗੀ ਸੀ ਮੈਂ ਲਿਆਤੀ, ਨਾਲੇ ਐਡੀ ਵੱਡੀ ਮੈਂ ਕੀ ਗਲਤੀ ਕਰਤੀ ਤੁਸੀਂ ਮੇਰੀ ਮਾਂ ਤੱਕ ਜਾਈ ਜਾਂਦੇ ਹੋ। ਆਹੋ ਨਾ ਮਹਾਰਾਣੀ ਚਾਹ ਬਣਾ ਲਈ, ਆ ਤਾਂ ਮੈਂ ਫੇਰੇ ਖਾ ਲੂੰ, ਪਹਿਲਾਂ ਚਾਹ ਹੀ ਪੀ ਲੈਣਾ ਤੇਰੀ ਮੈਂ। ਇੰਨਾ ਰੁੱਖਾ ਕਾਹਤੋਂ ਬੋਲੀ ਜਾਂਦੇ ਹੋ, ਇਹੋ ਜਿਹਾ ਮੈਂ ਕੀ ਕਰਤਾ? ਤੂੰ ਤਾਂ ਕੁਛ ਨਹੀਂ ਕੀਤਾ, ਮੇਰੀ ਗਲਤੀ ਹੈ ਜਿਹੜਾ ਵਿਆਹ ਕਰਾ ਲਿਆ ਤੇਰੇ ਨਾਲ। ਕੀ ਹੋ ਗਿਆ ਪੁੱਤ? ਨਾ ਤੂੰ ਤਾਂ ਉਹਨੂੰ ਮਿੰਟ 'ਚ ਉਹਦੇ ਜਿੱਦੇ ਘਰੇ ਆਈ ਸੀ ਉਹ ਕੁੜੀ ਮਿੰਟ 'ਚ ਕਹਿਣ ਲੱਗ ਗਈ ਇਹਦੀ ਮੰਮੀ ਨੇ ਇਹਨੂੰ ਕੁਛ ਸਿਖਾਇਆ ਨਹੀਂ। ਨਾ ਇਹਦੀ ਮੰਮੀ ਨੇ ਕੀ ਸਿਖਾਇਆ, ਜਦੋਂ ਕੜੀ ਚੌਲ ਖਾਈ ਨਾ ਚਾਕੇ ਚਾਹ ਲਿਆਈ, ਮੱਥੇ ਮਾਰ ਹੋਣਾ ਇਹਨੂੰ ਕਹਿ ਮੇਰੇ। ਕੋਈ ਨਾ ਪੁੱਤ, ਨਿਆਣੀ ਆ, ਫਿਰ ਕੀ ਹੋ ਗਿਆ, ਸਾਰੀ ਵੱਤ ਆ ਜੂਗੀ ਕੰਮ ਦੀ, ਨਾਲੇ ਉਹ ਇਹਦੀ ਰੀਸ ਕਰੂਗੀ। ਹੈ ਹੁਣ ਤੂੰ ਬੋਲਣ ਦੀ ਅਕਲ ਨਹੀਂ ਸੀ, ਕਿਵੇਂ ਬੋਲਦੀ ਸੀ? ਵੱਡੇ ਨਹੀਂ ਦੇਖਦੀ, ਛੋਟੇ ਨਹੀਂ ਸੀ ਦੇਖਦੀ? ਨਾਲੇ ਕੋਈ ਨਾ, ਬਿੰਦ ਠਹਿਰ ਕੇ ਪੀ ਲਈ, ਲੈ ਧੀਏ ਇਹਨੂੰ ਲੈ ਜਾ, ਮੈਂ ਪੀ ਲੂੰਗੀ ਫੇਰ, ਇਹਨੂੰ ਦੁਬਾਰੇ ਤਾਜ਼ੀ ਕਰਕੇ ਦੇ ਦੀ। ਤੁਸੀਂ ਕਿਹਦੀ ਗੱਲ ਕਰੀ ਜਾਂਦੇ ਹੋ ਮੰਮੀ? ਉਹ ਕੁਛ ਨਹੀਂ ਪੁੱਤ, ਤੈਂ ਗੱਲਾਂ ਤੋਂ ਕੀ ਲੈਣਾ, ਇਹਨੂੰ ਰਿਸ਼ਤਾ ਆਇਆ ਸੀ ਇੱਕ, ਸਾਡੀ ਸਕਿਉਰਿਟੀ 'ਚੋਂ ਕਰਾਉਂਦੇ ਸੀ, ਉਹ ਮੈਨੂੰ ਤਾਂ ਨਹੀਂ ਜਚੀ ਗੱਲ, ਇਹ ਹੀ ਪਸੰਦ ਕਰ ਬੈਠਾ ਕੁੜੀ ਨੂੰ, ਅੱਗੇ ਸੋਹਣੀ ਆ, ਸੋਹਣੀ ਤਾਂ ਖਰ ਹੈਗੀ ਸੀ, ਰੰਗ ਦੀ ਗੋਰੀ ਸੀ, ਕੱਦ ਦੀ ਮਾਦਰੀ ਸੀ, ਪਰ ਬੋਲਣ ਦਾ ਭੋਰਾ ਪਤਾ ਨਹੀਂ ਸੀ, ਵੱਡੇ ਛੋਟੇ ਤਾਂ ਉਹਨੂੰ ਲੱਖਣ ਹੀ ਨਹੀਂ ਸੀ ਕਾਸੇ ਦਾ। ਆਹੋ ਤੂੰ ਤਾਂ ਸਕੈਨ ਕਰਕੇ ਭੇਜੀ ਸੀ ਨਾ ਪੂਰੀ, ਸਿੱਧਾ ਸਿੱਧਾ ਕਾਹ ਤੂੰ ਨਹੀਂ ਦੱਸਦੀ, ਕਾਹਤੋਂ ਗੱਲ ਜੀ ਟਾਲੀ ਜਾਂਦੀ ਆ ਮੈਂ। ਮੇਰੀ ਗੱਲ ਸੁਣੋ, ਮੈਂ ਪਿਆਰ ਕਰਦਾ ਸੀ ਉਹਨੂੰ, ਕਲਾਸਮੇਟ ਸੀਗੀ ਉਹ ਮੇਰੀ, ਠੀਕ ਹੈ, ਮੈਂ ਉਹਨੂੰ ਘਰੇ ਲੈ ਕੇ ਆਇਆ ਸੀ, ਘਰ ਬਾਰ ਚਲੋ ਠੀਕ ਸੀਗਾ ਅਤੇ ਵੈਲ ਐਜੂਕੇਟਡ ਸੀਗੀ, ਪਰ ਇਹਨਾਂ ਨੂੰ ਉਹ ਨਹੀਂ ਚੀਜ਼ਾਂ। ਫਿਰ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਪੁੱਤ ਮੇਰੀ ਗੱਲ ਸੁਣ, ਅਸੀਂ ਉਹਦੀ ਪੜ੍ਹਾਈ ਦਾ ਕੀ ਕਰਨਾ, ਜਿਹਨੂੰ ਐਂ ਨਹੀਂ ਪਤਾ ਵੱਡਿਆਂ ਦੀ ਇੱਜ਼ਤ ਕਿਵੇਂ ਕਰਨੀ, ਵੱਡਿਆਂ ਸਾਹਮਣੇ ਬੈਠਣਾ ਉੱਠਣਾ ਕਿਵੇਂ, ਲੱਖਣ ਤਾਂ ਉਹਨੂੰ ਕਾਸੇ ਦਾ ਹੈ ਹੀ ਨਹੀਂ ਸੀ, ਇਹ ਤਾਂ ਐਵੇਂ ਮਰੀ ਜਾਂਦਾ ਪਕਾਈ। ਨਾਲੇ ਮੇਰੀ ਗੱਲ ਸੁਣ ਮੁੰਡਿਆ, ਸੱਚਾ ਪਿਆਰ ਸੀ, ਫਲਾਨਾ ਸੀ, ਇਹ ਤੁਹਾਡੀਆਂ ਗੱਲਾਂ ਫਜੂਲਦੀਆਂ ਹੁੰਦੀਆਂ ਨੇ, ਨਾ ਮਾਂ ਪਿਓ ਕੁਛ ਵੀ ਨਹੀਂ ਹੈਗੇ, ਅਸੀਂ ਤੇਰਾ ਮਾੜਾ ਕਰਿਆ ਕੁਛ, ਐਡੀ ਸੋਹਣੀ ਕੁੜੀ ਆ, ਹੈ ਦੱਸ। ਨਾ ਮੇਰੀ ਗੱਲ ਸੁਣੋ, ਸਿਰਫ ਹੈਂਡਸ਼ੇਕ ਕੀਤਾ ਸੀ ਉਹਨੇ, ਕੋਈ ਮਾੜੀ ਗੱਲ ਕਰਤੀ? ਆ ਮੇਰੀ ਮਾਂ ਮੂਲ ਕੋ ਕੇ ਭੱਜਦੀ ਉਰੋਂ, ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਇਹ ਗੱਲਾਂ ਨਾ ਮੈਨੂੰ ਪਹਿਲਾਂ ਦੱਸਣੀਆਂ ਚਾਹੀਦੀਆਂ ਸੀ। ਉਹ ਤਾਂ ਮੇਰੀ ਗੱਲ ਸੁਣ, ਜਦੋਂ ਆਪਣਾ ਕੋਈ ਲਾਗਾ ਦੇ ਗਈ ਨਹੀਂ ਉਹਦੇ ਨੇ ਦੱਸਣ ਦੀ ਤਾਂ ਫੇਰ ਹੋਵੇ, ਜੇ ਉਹਦੇ ਵਿੱਚ ਗੱਲਬਾਤ ਹੋਵੇ। ਗੱਲਬਾਤ ਕਿਉਂ ਨਹੀਂ ਸੀ, ਪਿਆਰ ਕਰਦਾ ਸੀ, ਹੁਣ ਵੀ ਗੱਲ ਕਰਦਾ ਉਹਦੇ ਨਾਲ। ਚੁੱਪ ਕਰ ਜਾ, ਹੁਣ ਕਰਾ ਦੂੰ ਪਿਆਰ ਤੈਨੂੰ। ਹਾਂ ਬੇ ਚੱਜਾ ਜਾ। ਬੇਚੱਜੇ ਨੂੰ ਮੈਂ ਕੀ ਕਰਤਾ? ਨਾ ਹੁਣ ਤੂੰ ਵਿਆਹ ਕਰਿਆ, ਤੈਨੂੰ ਸ਼ਰਮ ਨਹੀਂ ਆਉਂਦੀ ਉਹਦੇ ਉੱਤੇ ਕੀ ਬੀਤੂਗੀ? ਮੈਂ ਕੀ ਕਿਹਾ ਸੀ ਉਹਦੇ ਜਿਹਦੇ ਸਾਹਮਣੇ ਬੋਲਦੇ? ਵੀ ਜੇ ਹੋਰ ਕਿਤੇ ਵਿਆਹ ਕਰਤਾ, ਰੋਜ਼ ਮਰਨ ਨਾਲੋਂ ਮੈਂ ਇੱਕ ਦਿਨ ਮਰ ਜਾ, ਸਪਰੇ ਪੀ ਕੇ ਮਰ ਜੂ ਮੈਂ, ਮੈਂ ਤਾਂ ਵਿਆਹ ਵਾਲੇ ਦਿਨ ਵੀ ਮਰਨ ਲੱਗਿਆ ਸੀਗਾ। ਮੁੰਡਿਆ ਬੰਦਾ ਬਣ ਜਾ ਬੰਦਾ, ਨਹੀਂ ਤੈਨੂੰ ਮੈਂ ਬਣਾਉ ਬੰਦਾ। ਆਹੋ ਬਣਾਏਗੀ ਤੂੰ? ਹਾਂ ਰੰਟੀ ਰੋਣਾ, ਨਾਲੇ ਹੋਰ ਲੈ ਦੇਖ ਲੈ, ਹਜੇ ਨਿਕਲਿਆ ਨੀ ਉਹਦੀਆਂ ਗੱਲਾਂ ਚੋਂ, ਖਾਬਰਾ ਕੀ ਗੱਲਾਂ ਚ ਫਸਾਇਆ ਇਹ, ਪਤਾ ਨੀ ਕੀ ਜਾਦੂ ਕਰਿਆ ਚੰਦਰੀ ਜੀ ਨੇ, ਕਿੱਥੋਂ ਪੁਰੇ ਭੂਥੜ ਵਾਲੀ ਪੱਲੇ ਪਈ ਸੀ ਸਾਡੇ ਉਹ। ਲੈ ਤੂੰ ਇੱਥੇ ਆ ਕੇ ਕਾਹਤੋਂ ਬਹਿ ਪੁੱਤ, ਨਾਲੇ ਗੱਲ ਸੁਣ ਮੇਰੀ, ਉਹਦੀ ਗੱਲ ਨਾ ਐਵੇਂ ਦਿਲ 'ਤੇ ਲਾਇਆ ਕਰ, ਉਹ ਤਾਂ ਜਿਹੜਾ ਕੁਛ ਮੂੰਹ 'ਚ ਆਉਂਦਾ ਵਾਕ ਦਿੰਦਾ, ਕਾਮਲਾ ਹੈਗਾ ਉਹ, ਉਹਨੂੰ ਲੱਖਣ ਘੱਟ ਹੀ ਹੈ, ਕੋਈ ਨਾ ਇਹ ਗੱਲਾਂ ਸੌ ਹੋ ਜਾਂਦੀਆਂ ਨੇ, ਨਾਲੇ ਉਹ ਤੇਰੇ ਵਿਆਹ ਤੋਂ ਪਹਿਲਾਂ ਸੀ ਗੱਲਾਂ, ਹੁਣ ਤਾਂ ਨਹੀਂ ਹੈਗੀਆਂ। ਮੰਮੀ ਨਾਲੇ ਜਿਹੜੀ ਗੱਲ ਆਪਣੇ ਦਿਲ 'ਚ ਹੁੰਦੀ ਹੈ ਨਾ ਉਹੀ ਬਾਹਰ ਆਉਂਦੀ ਆ, ਅਤੇ ਤੁਸੀਂ ਮੈਨੂੰ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਹੈਗਾ, ਜੋ ਕਿਸੇ ਨੂੰ ਪਿਆਰ ਕਰਦੇ ਸੀ, ਅਤੇ ਨਾਲੇ ਹੁਣ ਉਹਨਾਂ ਦਾ ਮੇਰੇ ਨਾਲ ਪਿਆਰ ਥੋੜ੍ਹੀ ਉਹੋ ਜਿਹਾ ਰਹੂਗਾ। ਪੁੱਤ ਮੰਨੀ ਗੱਲ, ਇਹ ਪਿਆਰ ਕਰਦਾ ਸੀ ਹੈ ਨਾ, ਸਾਨੂੰ ਤਾਂ ਭੋਰਾ ਵੀ ਨਹੀਂ ਜੱਚੀ ਕੁੜੀ, ਨਾਲੇ ਉਹਨੂੰ ਤਾਂ ਲੱਖਣ ਹੀ, ਨਾਲੇ ਉਹ ਤਾਂ ਮੈਨੂੰ ਜਮੀ ਨਹੀਂ ਵਧੀਆ ਲੱਗੀ, ਉਹ ਤਾਂ ਦੇਖਣ 'ਚ ਹੀ ਮੈਨੂੰ ਤਾਂ ਐਂ ਲੱਗਿਆ
ਵੀ ਹੈ ਇਹ ਸਾਡੇ ਘਰ 'ਚ ਆਊਗੀ। ਮੈਨੂੰ ਤਾਂ ਉਪਰਾ ਉਪਰਾ ਜਿਹਾ ਉਦੋਂ ਹੀ ਲੱਗਣ ਲੱਗ ਗਿਆ ਸੀ ਅਤੇ ਬੋਲਬਾਣੀ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਹੀ ਜੀ ਸੀ ਉਹਦੀ। ਮੰਮੀ ਤੁਹਾਨੂੰ ਨਹੀਂ ਵਧੀਆ ਲੱਗੀ ਪਰ ਉਹ ਤਾਂ ਪਸੰਦ ਕਰਦੇ ਆ ਨਾ, ਉਹ ਹੁਣ ਵੀ ਕਹਿ ਕੇ ਗਏ ਆ ਕਿ ਮੈਂ ਉਹਨੂੰ ਬਹੁਤ ਪਿਆਰ ਕਰਦਾ। ਕੋਈ ਨਾ, ਆਪੇ ਭੁੱਲ ਜੂਗਾ ਹੌਲੀ ਹੌਲੀ। ਤੂੰ ਨਾ ਐਵੇਂ ਟੈਨਸ਼ਨ ਲਿਆ ਕਰ ਕਿਸੇ ਗੱਲ ਦੀ, ਨਾਲੇ ਇਹ ਨਿੱਕੀਆਂ ਮੋਟੀਆਂ ਜਿਹੀਆਂ ਗੱਲਾਂ ਨਹੀਂ, ਬਾਹਲੀਆਂ ਸੋਚ ਦਿੰਦੇ। ਕਾਮਲਾ ਇਹਦਾ ਕੀ ਹੈਗਾ, ਮਰੀ ਜਾਂਦਾ ਪਕਾਈ। ਬਿਨਾਂ ਗੱਲ ਤੋਂ ਮੈਨੂੰ ਬੋਲਦੇ ਰਹਿੰਦੇ ਆ, ਨਾਲੇ ਅੱਜ ਮੇਰਾ ਕੀ ਕਸੂਰ ਸੀ? ਪਹਿਲਾਂ ਮੈਨੂੰ ਕਹਿੰਦੇ ਮੈਨੂੰ ਚਾਹ ਬਣਾ ਕੇ ਲਿਆ ਦੇ, ਅਤੇ ਜਦੋਂ ਮੈਂ ਲਿਆਤੀ ਫਿਰ ਕਹਿੰਦਾ ਤੇਰੀ ਮਾਂ ਨੇ ਤੈਨੂੰ ਕੁਛ ਸਿਖਾਇਆ ਨਹੀਂ। ਕੋਈ ਨਾ, ਕਹਿ ਦੇਣ ਦੇ, ਮੈਂ ਤਾਂ ਤੈਨੂੰ ਕੁਛ ਕਹਿੰਦੀ ਅਤੇ ਡੈਡੀ ਨੇ ਕੁਛ ਕਹਿੰਦਾ, ਫਿਰ ਇਹਦੀਆਂ ਗੱਲਾਂ ਦਾ ਕੀ ਹੈਗਾ, ਕੁਛ ਨਹੀਂ ਹੁੰਦਾ। ਮੰਮੀ ਜ਼ਿੰਦਗੀ ਤਾਂ ਮੈਂ ਇਹਨਾਂ ਨਾਲ ਹੀ ਕੱਟਣੀ ਆ। ਹਾਂ ਪੁੱਤ, ਇਹ ਤਾਂ ਗੱਲ ਤੇਰੀ ਸੱਚੀ ਆ, ਜ਼ਿੰਦਗੀ ਤਾਂ ਇਹਦੇ ਨਾਲ ਕੱਟਣੀ ਆ। ਕੋਈ ਨਾ, ਹਜੇ ਥੋੜ੍ਹਾ ਟਾਈਮ ਹੋਇਆ, ਹੌਲੀ ਹੌਲੀ ਆਪੇ ਲੋਟ ਆ ਜਾਓ। ਹੈਲੋ, ਹਾਂਜੀ, ਕਿੱਦਾਂ? ਓਹੋ, ਤੁਸੀਂ ਹਜੇ ਵੀ ਗੁੱਸੇ ਬੈਠੇ ਮੇਰੇ ਨਾਲ? ਯਾਰ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਘਰਦਿਆਂ ਨੇ ਜ਼ਬਰਦਸਤੀ ਵਿਆਹ ਕੀਤਾ ਮੇਰਾ। ਮੈਂ ਤੁਹਾਨੂੰ ਦੱਸਤਾ, ਮੈਂ ਕਿਹਾ ਮੈਂ ਪਿਆਰ ਕਰਦਾ ਸੀ ਉਹਨੂੰ ਅਤੇ ਉਹਨੂੰ ਹੀ ਕਰੂੰਗਾ, ਹੋਰ ਕੀ। ਉਹ ਐਵੇਂ ਬਸ ਮੰਮਾ ਬੋਲਦੇ ਰਹਿੰਦੇ ਨੇ। ਮੈਂ ਦੱਸਤਾ, ਮੈਂ ਕਿਹਾ ਮੈਂ ਤਾਂ ਹਜੇ ਵੀ ਗੱਲ ਕਰੂੰਗਾ, ਮੈਂ ਕਿਹਾ ਆਪਣੀ ਨਹੀਂ ਨਿਭ ਸਕਦੀ, ਮੈਂ ਕਿਹਾ ਮੈਂ ਉਹਨੂੰ ਹੀ ਸੱਚਾ ਪਿਆਰ ਕਰਦਾ ਸੀ ਅਤੇ ਮੈਂ ਕਿਹਾ ਕਰਦਾ ਰਹੂੰਗਾ। ਉਹ ਯਾਰ, ਹੋ ਯਾਰ, ਤੁਸੀਂ ਸਮਝਦੇ ਕਾ ਤੂੰ ਨਹੀਂ, ਮੈਨੂੰ ਤੁਹਾਡੀ ਗੱਲ ਨਹੀਂ ਸਮਝ ਲੱਗਦੀ ਹੈ। ਚਲੋ ਕੋਈ ਗੱਲ ਨਹੀਂ, ਜਿਵੇਂ ਤੁਸੀਂ ਕਹਿੰਦੇ ਹੋ ਮੈਂ ਹਰ ਵੀਕ ਤੁਹਾਨੂੰ ਮਿਲਣ ਆ ਜਾ ਕਰੂੰਗਾ। ਬਸ ਯਾਰ ਰੋਜ਼ ਤਾਂ ਔਖਾ ਨਾ, ਚਲੋ ਹਫ਼ਤੇ 'ਚ 2-3 ਦਿਨ ਨਾ। ਓਕੇ, ਉਹ ਪੱਕਾ ਆ ਜਾ ਕਰੂੰ, ਪੱਕਾ। ਹਾਂਜੀ ਹਾਂਜੀ, ਕੋਈ ਗੱਲ ਨਹੀਂ, ਤੁਹਾਡੇ ਲਈ ਗਿਫਟ ਵੀ ਲੈ ਆਊਂਗਾ, ਬਸ ਖੁਸ਼। ਓਕੇ ਓਕੇ, ਬਾਏ, ਲਵ ਯੂ ਟੂ, ਬਾਏ ਬਾਏ ਬਾਏ। ਇੰਨਾ ਵੱਡਾ ਧੋਖਾ ਮੇਰੇ ਨਾਲ, ਪਿਆਰ ਤਾਂ ਕਿਸੇ ਹੋਰ ਨੂੰ ਕਰਦੇ ਨੇ ਅਤੇ ਮੇਰੇ ਨਾਲ ਵਿਆਹ ਫਿਰ ਕਿਉਂ ਕਰਵਾਇਆ? ਨਹੀਂ, ਮੈਂ ਤਾਂ ਨਹੀਂ ਉਰੇ ਰਹਿ ਸਕਦੀ, ਮੈਂ ਇਹੋ ਜਿਹੇ ਬੰਦੇ ਨਾਲ ਕਿਵੇਂ ਰਹੂੰਗੀ ਜਿਹੜਾ ਮੇਰਾ ਹੈ ਹੀ ਨਹੀਂ। ਮੰਮੀ ਨੂੰ ਫੋਨ ਕਰਕੇ ਹੁਣ ਹੀ ਬੁਲਾਉਂਦੀ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਕੁੜਮਣੀਆਂ, ਆ ਜਾ, ਤੂੰ ਬਿਨਾਂ ਦੱਸੇ ਦੀ ਆ ਗਈ, ਅੱਡੇ 'ਤੇ ਦੱਸ ਦਿੰਦੀ, ਫੋਨ ਫੂਨ ਕਰ ਦਿੰਦੀ ਸੀ ਤੈਨੂੰ ਲੈ ਆਉਂਦੇ ਅੱਡੇ ਤੋਂ। ਚਲੋ ਕੋਈ ਨਾ ਜੀ, ਕਿਹੜਾ ਦੂਰ ਹੈਗਾ, ਚਲੋ ਬਹਿ ਜਾਓ। ਉਹ ਤਾਂ ਪ੍ਰੀਤ ਨੇ ਫੋਨ ਕਰਤਾ ਸੀ। ਅੱਛਾ ਅੱਛਾ, ਹਾਂ ਜੀ, ਚਲੋ। ਪ੍ਰੀਤ ਨੇ ਮੈਨੂੰ ਤਾਂ ਦੱਸਿਆ ਨਹੀਂ ਵੀ ਮੇਰੀ ਮਾਂ ਆਊਗੀ, ਉਹੀ ਦਿਮਾਗ 'ਚੋਂ ਨਿਕਲ ਗਿਆ ਹੋਣਾ ਜੀ। ਅੱਛਾ, ਹੋਰ ਸਾਰੇ ਠੀਕ ਠਾਕ ਹੈ? ਹਾਂ ਜੀ ਠੀਕ ਠਾਕ, ਵਧੀਆ, ਤੁਸੀਂ ਦੱਸੋ? ਠੀਕ ਹੈ ਵਧੀਆ, ਬਹਿ ਜਾਓ, ਕੋਈ ਗੱਲ ਨਹੀਂ। ਕਿੱਧਰ ਗਈ ਪ੍ਰੀਤ? ਪ੍ਰੀਤ ਇੱਥੇ ਘਰ ਹੋਊਗੀ, ਉੱਧਰ ਕੰਮ ਕਰਦੀ ਹੋ ਅੰਦਰ। ਅੱਛਾ, ਹੋਰ ਸੁਣਾਓ? ਸਭ ਠੀਕ ਠਾਕ ਹੈ ਜੀ, ਤੁਸੀਂ ਸੁਣਾਓ? ਅੱਛਾ, ਫੋਨ ਕਰਕੇ ਸੱਦਿਆ ਤੁਹਾਨੂੰ? ਹਾਂ ਜੀ, ਫੋਨ ਕਰਿਆ ਸੀ। ਮੈਂ ਦੱਸਿਆ, ਮੈਨੂੰ ਕਿਉਂ ਨਹੀਂ ਦੱਸਿਆ ਪ੍ਰੀਤ ਨੇ ਵੀ ਮੇਰੀ ਮਾਂ ਆਊਗੀ? ਚੱਲ ਕੋਈ ਨਹੀਂ, ਆ ਗਈ ਲੈ ਪ੍ਰੀਤ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਪ੍ਰੀਤ ਕਿਵੇਂ ਹੈ? ਵਧੀਆ, ਬੈਠੋ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਪ੍ਰੀਤ, ਤੂੰ ਮੈਨੂੰ ਦੱਸਿਆ ਨਹੀਂ ਵੀ ਮੇਰੀ ਮਾਂ ਆਊ ਭਾਈ, ਉਹੀ ਨਿਕਲ ਗਿਆ ਹੋਣਾ ਜੀ ਦਿਮਾਗ 'ਚੋਂ। ਚੱਲ ਕੋਈ, ਹੋਰ ਭੈਣ ਹੋਰੀ ਕਿੱਥੇ ਨੇ? ਬਸ ਇੱਧਰ ਪਿੰਡ 'ਚ ਗਈ ਵੀ ਆ। ਅੱਛਾ, ਹਾਂ, ਹੋਰ ਫਸਲ? ਖੈਰ ਸੁੱਖ ਹੈ? ਹਾਂ ਜੀ, ਖੈਰ ਸੁੱਖ, ਵਧੀਆ। ਫਸਲਵਾੜੀ ਠੀਕ ਹੈ? ਹਾਂ, ਫਸਲਵਾੜੀ ਠੀਕ ਹੈ, ਹੁਣ ਤਾਂ ਵਿਹਲੇ ਹੋਏ ਬੈਠੇ ਆ। ਅੱਛਾ, ਆ ਲਓ ਮੰਮੀ। ਪੁੱਤ, ਤੂੰ ਤੇਰੇ ਡੈਡੀ ਉਹਨਾਂ ਨੂੰ ਦੱਸਿਆ ਹੀ ਨਹੀਂ ਹੈ ਵੀ ਮੇਰੀ ਮੰਮੀ ਆਊਗੀ ਫੋਨ ਕਰਕੇ? ਮੰਮੀ, ਤੁਹਾਨੂੰ ਵੀ ਨਹੀਂ ਪਤਾ ਮੈਂ ਤੁਹਾਨੂੰ ਇੱਥੇ ਕਿਉਂ ਬੁਲਾਇਆ? ਕਿਉਂ ਬੁਲਾਇਆ ਪੁੱਤ? ਬਾਪੂ ਜੀ ਤੁਹਾਨੂੰ ਵੀ ਪਤਾ ਹੀ ਆ, ਕੋਈ ਨਾ ਮੰਮੀ ਨੂੰ ਆ ਜਾਂਦੋ,
ਮੈਂ ਫਿਰ ਕਰਦੀ ਹਾਂ ਗੱਲ। ਅਸੀਂ ਜੀ ਕੀ ਗੱਲ ਹੋ ਗਈ ਪ੍ਰੀਤ? ਮੰਮੀ ਗੱਲ ਤਾਂ ਬਹੁਤ ਵੱਡੀ ਹੋ ਗਈ, ਮੈਨੂੰ ਤਾਂ ਸ਼ਰਮ ਆਉਂਦੀ ਹੈ ਤੁਹਾਨੂੰ ਦੱਸਦੀ ਨੂੰ, ਕਿਹੜੇ ਮੂੰਹ ਨਾਲ ਤੁਹਾਨੂੰ ਦੱਸਾਂ। ਪੁੱਤ ਗੱਲ ਦੱਸੇਗੀ ਵੀ ਕਿ ਬਾਜ਼ਾਰ 'ਤੇ ਹੀ ਪਾਏਗੀ? ਮੰਮੀ ਮੈਂ ਹੋਰ ਕੁਝ ਨਹੀਂ ਕਹਿਣਾ, ਮੈਂ ਤਾਂ ਬਸ ਤੁਹਾਨੂੰ ਇੰਨਾ ਕੁ ਕਹਿੰਦੀ ਹਾਂ ਵੀ ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਲੈ ਜਾਓ। ਲੈ ਕਮਲੀ, ਪੁੱਤ ਜੇ ਤੇਰਾ ਮਨ ਉਖੜ ਰਿਹਾ ਸੀ ਤੂੰ ਦੋ ਦਿਨ ਆ ਜਾਂਦੀ, ਵਰਿੰਦਰ ਨੂੰ ਲੈ ਕੇ ਆ ਜਾਂਦੀ, ਇਹ ਕੀ ਗੱਲ ਹੋਈ ਮੈਂ ਇੱਥੇ ਨਹੀਂ ਰਹਿਣਾ, ਲੈ ਜਾਓ ਮੈਨੂੰ। ਕਹਿਣਾ ਤਾਂ ਪੁੱਤ ਇੱਥੇ ਹੀ ਪੈਣਾ, ਤੇਰਾ ਘਰ ਹੈ ਇਹ। ਹਾਂ ਪੁੱਤ ਤੇਰਾ ਘਰ ਹੈ, ਫਿਰ ਕੋਈ ਗੱਲ ਹੈ ਤਾਂ ਗੱਲ ਦੱਸ, ਕਿਉਂ ਨਹੀਂ ਤੂੰ ਰਹਿਣਾ, ਕੀ ਗੱਲ? ਵਰਿੰਦਰ ਨੂੰ ਮੰਮੀ ਕਿਵੇਂ ਲੈ ਕੇ ਆ ਜਾਂਦੀ ਮੈਂ, ਜਿਹੜਾ ਬੰਦਾ ਮੇਰਾ ਹੈ ਹੀ ਨਹੀਂ ਉਹਦੇ ਨਾਲ ਮੈਂ ਦੱਸ ਕਿਵੇਂ ਆ ਜਾਂਦੀ। ਲੈ ਇਹ ਕੀ ਕਾਮਲੀਆਂ ਗੱਲਾਂ। ਲੈ ਭੈਣ ਜੀ ਆਈ ਬੈਠ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਪਰਿਵਾਰ? ਠੀਕ ਹੈ? ਠੀਕ ਠਾਕ ਵਧੀਆ, ਤੁਸੀਂ ਦੱਸੋ? ਵਧੀਆ ਠੀਕ ਹੈ, ਸੁੱਖ ਨਾਲ ਹੀ ਆਏ। ਇਹ ਤਾਂ ਗਵਾਂਢੀਆਂ ਨਾ ਬਾਲਟੀ ਗਈ ਹੋਈ ਸੀ। ਅੱਛਾ, ਖਾਣ ਲਿਆਂਦੀ ਸੀ ਦਾਰੀ। ਅੱਛਾ, ਅਤੇ ਤੁਸੀਂ ਕੀ ਗੱਲ ਹੈ ਦਸ ਜੇ ਬੈਠੀ ਹੋ? ਕੁਛ ਨਹੀਂ ਮੰਮੀ, ਮੈਂ ਮੰਮੀ ਨੂੰ ਬੁਲਾਇਆ, ਮੈਂ ਹੁਣ ਰਹਿਣਾ ਨਹੀਂ ਇੱਥੇ, ਮੈਂ ਚੱਲੀ ਮੰਮੀ ਨਾਲ। ਦੇਖ ਗੱਲ ਸੁਣਤੀ ਹੈ, ਤੈਨੂੰ ਇੱਥੇ ਕੋਈ ਚੀਜ਼ ਦੀ ਘਾਟ ਹੈ, ਐਵੇਂ ਨਿੱਕੀ ਜਿਹੀ ਗੱਲ ਨੂੰ ਦਿਲ 'ਤੇ ਲਾਈ ਬੈਠੀ ਹਾਂ। ਮੰਮੀ ਘਾਟ ਹੀ ਆ, ਜਿਹਦੇ ਕਰਕੇ ਮੈਂ ਇੱਥੇ ਵਿਆਹੀ ਹੋਈ ਹਾਂ, ਜਿਹਦੇ ਕਰਕੇ ਮੈਂ ਇੱਥੇ ਰਹਿੰਦੀ, ਜਦੋਂ ਉਹ ਹੀ ਨਹੀਂ ਹੈਗਾ ਮੇਰਾ, ਫਿਰ ਮੇਰੇ ਇੱਥੇ ਰਹਿਣ ਦਾ ਫਾਇਦਾ ਵੀ ਕੀ ਆ? ਤੂੰ ਕਾਮਲੀ ਹੈ ਪੁੱਤ, ਤੇਰਾ ਕਿਉਂ ਨਹੀਂ ਹੈ ਉਹ? ਹੈਗਾ ਹੈ ਕਾ? ਨਹੀਂ ਹੈਗਾ ਬਾਪੂ ਜੀ, ਮੈਂ ਹੁਣੀ ਆਪਦੇ ਕੰਨਾਂ ਨਾਲ ਸੁਣ ਕੇ ਹਟੀ ਹਾਂ, ਕਿਸੇ ਕੁੜੀ ਨਾਲ ਫੋਨ 'ਤੇ ਗੱਲ ਕਰੀ ਜਾਂਦਾ ਸੀ ਅਤੇ ਉਹਨੂੰ ਕਹੀ ਜਾਂਦਾ ਸੀ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੇਰਾ ਵਿਆਹ ਤਾਂ ਧੱਕੇ ਨਾਲ ਕਿਸੇ ਹੋਰ ਨਾਲ ਕਰਤਾ ਕਰਦੇ ਨੇ, ਪਰ ਮੈਂ ਹੈਗਾ ਤਾਂ ਤੇਰਾ ਹੀ ਹਾਂ, ਹੁਣ ਦੱਸੋ ਵੀ ਮੈਂ ਕੀ ਸੋਚ ਕੇ ਇਸ ਘਰ 'ਚ ਰਹਾਂ? ਲੈ ਕੋਈ ਨਾ ਮਾੜੇ ਪਰਾਂ ਨੂੰ ਹੋ, ਤੇਰੀ ਮੰਮੀ ਨੂੰ ਬਿਠਾ ਲੈ। ਨਾਲੇ ਪੁੱਤ ਕੋਈ ਗੱਲ ਨਹੀਂ, ਅਈਆਂ ਜਿਹੀਆਂ ਗੱਲਾਂ ਦਾ ਕੀ ਹੁੰਦਾ, ਤਾਂ ਚੱਲਦੀਆਂ ਰਹਿੰਦੀਆਂ ਨੇ ਜ਼ਿੰਦਗੀ 'ਚ, ਆਪੇ ਸਭ ਕੁਝ ਠੀਕ ਹੋ ਜੂਗਾ। ਪੁੱਤ ਹਲੇ ਮਹੀਨਾ ਡੂਢ ਮਹੀਨਾ ਹੋਇਆ ਤੇਰੇ ਵਿਆਹ ਨੂੰ, ਕਿੰਨਾ ਕੁ ਟਾਈਮ ਹੋਇਆਗਾ? ਮੰਮੀ ਉਹ ਤਾਂ ਮੈਨੂੰ ਪਤਾ ਹੈ ਵੀ ਥੋੜ੍ਹਾ ਟਾਈਮ ਹੋਇਆ, ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ। ਅਤੇ ਨਾਲੇ ਮੇਰੀ ਗੱਲ ਸੁਣੋ, ਜੇ ਸੱਸ ਚੰਗੀ ਨਾ ਹੋਵੇ ਤਾਂ ਵੀ ਨੂੰਹ ਕੱਟ ਲੈਂਦੀ ਹੈ, ਜੇ ਸਹੁਰਾ ਚੰਗਾ ਨਾ ਹੋਵੇ ਤਾਂ ਵੀ ਕੱਟ ਲੈਂਦੀ ਆ, ਪਰ ਜਦੋਂ ਘਰ ਵਾਲੇ ਹੀ ਨਹੀਂ ਹੈਗਾ ਚੰਗਾ। ਉਹ ਪੁੱਤ ਧੀਏ ਗੱਲ ਸੁਣ, ਤੇਰੀ ਮਾਂ ਤੇਰੇ ਕੋਲੇ ਖੜੀ ਹੈ, ਮੈਂ ਤੇਰੇ ਕੋਲੇ ਖੜਾ, ਸਾਰਾ ਪਰਿਵਾਰ ਤੈਨੂੰ ਪਿਆਰ ਕਰਦਾ, ਉਹਦਾ ਕੀ ਹੈ ਕਮਲਾ, ਆਪੀ ਸਿੱਧਾ ਹੋ ਜੂ ਚਾਰ ਦਿਨਾਂ ਨੂੰ। ਨਹੀਂ ਸਿੱਧਾ ਹੁੰਦਾ ਹੈਗਾ ਬਾਪੂ ਜੀ, ਕੋਈ ਨਾਲੇ ਮੇਰੇ ਤੋਂ ਨਹੀਂ ਆ ਰੋ ਰੋ ਜੇ ਕੁਛ ਵੇਖਿਆ ਜਾਂਦਾ, ਕਦੇ ਤਾਂ ਮੈਨੂੰ ਬਿਨਾਂ ਗੱਲ ਤੋਂ ਬੋਲਣ ਲੱਗ ਜਾਂਦਾ ਅਤੇ ਕਦੇ ਮੈਨੂੰ ਸੁਣਾਉਣ ਲੱਗ ਜਾਂਦਾ ਕਿ ਮੇਰਾ ਵਿਆਹ ਤੇਰੇ ਨਾਲ ਮੇਰੇ ਘਰਦੇ ਨੇ ਧੱਕੇ ਨਾਲ ਕੀਤਾ। ਪੁੱਤ ਤੇਰੀ ਗੱਲ ਸਹੀ ਹੈ, ਤੁਸੀਂ ਵੀ ਉਹਨੂੰ ਮਾੜਾ ਜਿਹਾ ਘੂਰੋ, ਮੈਂ ਵੀ ਉਹਦੀ ਕਲਾਸ ਲਾਊਂ ਪੂਰੀ। ਭੈਣ ਜੀ ਤੁਸੀਂ ਤਾਂ ਸਿਆਣੇ ਹੋ ਹੈ ਨਾ, ਚੱਲ ਇਹਦੀ ਗੱਲ ਹੈਗੀ ਤਾਂ ਸੱਚੀ ਹੈ ਵੀ ਇਹ ਜਰਿਆ ਤਾਂ ਜਾਂਦਾ ਨਹੀਂ ਹੈ ਨਾ ਜਦੋਂ ਇਹਨੇ ਗੱਲਾਂ ਕਰਦਾ ਸੁਣ ਲਿਆ, ਪਰ ਕੋਈ ਨਾ ਹੁਣ ਅਸੀਂ ਉਹਨੂੰ ਦੋਨੇ ਜਣੇ ਘੂਰਾਂਗੇ। ਕੋਈ ਗੱਲ ਨਹੀਂ ਪੁੱਤ, ਹਾਂ ਤੂੰ ਫਿਕਰ ਨਾ ਕਰ, ਫਿਕਰ ਨਾ ਕਰ, ਉਹਨੂੰ ਸਮਾਰ ਕੇ ਅਸੀਂ ਤੇਰੇ ਨਾਲ ਆ। ਪੁੱਤ ਆ ਤੇਰੇ ਮੰਮੀ ਡੈਡੀ ਤੇਰੇ ਨਾਲ ਨੇ, ਹੋਰ ਤੂੰ ਕੀ ਚਾਹੁੰਦੀ ਆ ਪ੍ਰੀਤ? ਮੰਮੀ ਮੈਨੂੰ ਪਤਾ ਵੀ ਮੰਮੀ ਡੈਡੀ ਮੇਰੇ ਨਾਲ ਨੇ, ਪਰ ਇੰਨਾ ਵੀ ਨਹੀਂ ਜਰਿਆ ਜਾਂਦਾ ਹੁੰਦਾ ਆਪਦੀ ਅੱਖਾਂ ਦੇ ਸਾਹਮਣੇ, ਜਦੋਂ ਅਗਲੀ ਦਾ ਘਰ ਵਾਲਾ ਕਿਸੇ ਹੋਰ ਨਾਲ ਫਿਰਦਾ ਹੋਵੇ ਫਿਰ ਅਗਲੀ ਕਿੱਦਾਂ ਜਰ ਲੂਗੀ? ਪ੍ਰੀਤ ਪੁੱਤ ਤੈਨੂੰ ਸਾਰਾ ਕੁਝ ਦੇਖਣਾ ਪਊਗਾ, ਮਸਾਂ ਤੇਰੀ ਬੇੜੀ ਬੰਨੇ ਲਈ ਹੈ, ਤੈਨੂੰ ਆਪਣੇ ਘਰ ਦਾ ਵੀ ਪਤਾ ਹੈ ਪੁੱਤ। ਮੰਮੀ ਪਤਾ ਹੈ ਮੈਨੂੰ ਮੇਰੇ ਘਰ ਦਾ, ਪਰ ਐਵੇਂ ਥੋੜ੍ਹੀ ਹੈ ਵੀ ਤੁਸੀਂ ਮੈਨੂੰ ਕਿਸੇ ਨਾਲ ਵੀ ਡੋਬ ਦੋਗੇ। ਕੋਈ ਨਾ ਪੁੱਤ। ਨਹੀਂ ਪੁੱਤ ਤੈਨੂੰ ਡੋਬਿਆ ਨਹੀਂ, ਤੂੰ ਚੁੱਪ ਕਰ ਜਾ, ਹਜੇ ਤੂੰ ਦਿਲ 'ਤੇ ਨਾ ਲਾ ਇੰਨੀ ਗੱਲ, ਅਸੀਂ ਹੈਗੇ ਹਾਂ ਤੇਰੇ ਨਾਲ। ਨਾਲੇ ਮੈਨੂੰ ਐਂ ਦੱਸ ਇੱਥੇ ਬਿਠਾ ਲਈ ਮੰਮੀ ਆਪਦੀ ਕਿ ਚਾਹ ਪਾਣੀ ਪਿਆ ਕਿ ਨਹੀਂ? ਚੱਲ ਤੂੰ ਪਿਆ, ਚਾਹ ਮੈਂ ਬਣਾ ਕੇ ਲਿਆਉਂਦੀ ਹਾਂ। ਮੇਰੀ ਗੱਲ ਸੁਣ ਪ੍ਰੀਤ, ਜੇ ਤੇਰਾ ਪਿਓ ਹੁੰਦਾ ਨਾ ਕੋਈ ਗੱਲ ਹੋਰ ਹੋਣੀ ਸੀ। ਮੰਮੀ ਬਸ ਹੁਣ ਮੇਰੇ ਕੋਲ ਆਹ ਗੱਲਾਂ ਨਾ ਕਰੋ, ਇਹੀ ਗੱਲਾਂ ਕਰਕੇ ਤਾਂ ਉਦੋਂ ਮੈਂ ਰਿਸ਼ਤਾ ਧੱਕੇ ਨਾਲ ਕਰਵਾ ਲਿਆ ਸੀ, ਕੁਛ ਵੇਖਿਆ ਵੀ ਨਹੀਂ ਵੀ ਮੁੰਡਾ ਕਿਵੇਂ ਦਾ ਹੈ,
ਕਿਵੇਂ ਦਾ ਨਹੀਂ? ਕੋਈ ਨਾ ਪੁੱਤ, ਤੇਰੇ ਨਾਲ ਤੁਰਦਾ ਵੀ ਸੋਹਣਾ ਲੱਗਦਾ, ਘਰ ਬਾਰ ਸੁੱਖ ਨਾ ਬਥੇਰਾ। ਸੋਹਣੇ ਤੋਂ ਮੈਂ ਕੀ ਕਰਾਉਣਾ, ਜਿਹੜਾ ਬੰਦਾ ਮੇਰਾ ਹੈ ਹੀ ਨਹੀਂ ਉਸ ਬੰਦੇ ਤੋਂ ਮੈਂ ਕੀ ਕਰਾਉਣਾ? ਪੁੱਤ ਕੁਛ ਤਾਂ ਸਮਝਣ ਦੀ ਕੋਸ਼ਿਸ਼ ਕਰ, ਕਿਉਂ ਐਵੇਂ ਤੂੰ ਉਹ ਕਰਦੀ? ਮੈਂ ਸਭ ਕੁਝ ਸਮਝਦੀ ਹਾਂ, ਤੁਸੀਂ ਕਹਿੰਦੇ ਹੋ ਨਾ, ਕੋਈ ਗੱਲ ਨਹੀਂ, ਮੈਂ ਇਹ ਬੰਦੇ ਨਾਲ ਵੀ ਕੱਟ ਲੂੰਗੀ। ਭੈਣ ਜੀ ਤੁਸੀਂ ਤਾਂ ਸਿਆਣੇ ਹੋ ਹੈ ਨਾ, ਇਹ ਤਾਂ ਨਿਆਣੀ ਹੈ, ਖਰ ਹੈ ਤਾਂ ਉਹ ਵੀ ਆਪਦੀ ਜਗ੍ਹਾ 'ਤੇ ਸਹੀ, ਪਰ ਹੌਲੀ ਹੌਲੀ ਅਸੀਂ ਆਪ ਹੀ ਸਮਝਾ ਲਾਂਗੇ ਘੂਰ ਕੇ ਵਡਿਆ ਕੇ, ਹੈ ਨਾ। ਪਰ ਸਾਨੂੰ ਪਤਾ ਹੈ ਵੀ ਹਾਂ ਠੀਕ ਹੈ, ਜਦੋਂ ਅਸੀਂ ਆਪ ਦੇਖੀ ਹੈ ਘਰੇ ਲਿਆਂਦੀ ਹੈ, ਨਹੀਂ ਹਟਦਾ ਗੱਲਾਂ ਕਰਨ ਨੂੰ, ਮੂੰਹ ਮਾਰਦਾ ਕੁੱਤੇ ਦਾ ਵੱਢਿਆ ਹੈ ਵੀ। ਪਰ ਭੈਣ ਜੀ ਥੋੜ੍ਹਾ ਜਿਹਾ ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਸਮਝਾਇਓ। ਕੋਈ ਨਾ ਭੈਣ ਜੀ, ਸਮਝਾਉਂਗੀ ਮੈਂ, ਪਰ ਤੂੰ ਆਪ ਸਿਆਣੀ ਹੈ, ਤੈਨੂੰ ਪਤਾ ਜਰਨਾ ਤਾਂ ਬਹੁਤ ਔਖਾ ਹੈ, ਮੇਰਾ ਵੀ ਤੁਹਾਨੂੰ ਪਤਾ ਹੀ ਹੈ। ਕੋਈ ਨਾ ਮੈਂ ਸਮਝਾਉਂਗੀ, ਮੇਰੀ ਧੀ ਸਮਝ ਜੂਗੀ। ਕੋਈ ਨਾ ਭੈਣ ਜੀ ਅਸੀਂ ਨਾਲ ਹੀ ਹਾਂ ਤੁਹਾਡੇ, ਕੋਈ ਐਂ ਤਾਂ ਹੈ ਨਹੀਂ ਵੀ ਅਸੀਂ ਉਹਨੂੰ ਖੁੱਲ੍ਹਾ ਛੱਡਾਂਗੇ, ਘੂਰਾਂਗੇ ਅਸੀਂ ਵੀ ਪੂਰਾ ਜਿੰਨਾ ਸਾਥੋਂ ਘੂਰਿਆ ਜਾਊਗਾ, ਹੈ। ਪਰ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਹਟਾਵਾਂਗੇ, ਕਿਸੇ ਲੋਟ ਕਿਵੇਂ ਮਰਜ਼ੀ ਹਟਾਈਏ ਉੱਧਰੋਂ। ਕੋਈ ਨਾ ਭੈਣ ਜੀ ਧੰਨਵਾਦ, ਜਿਹੜਾ ਤੁਸੀਂ ਇੰਨਾ ਮੇਰੀ ਧੀ ਦਾ ਸਾਥ ਦੇ ਰਹੇ ਹੋਗੇ। ਨਹੀਂ ਭੈਣ ਜੀ ਹੁਣ ਤੇਰੀ ਧੀ ਨਹੀਂ, ਹੁਣ ਮੇਰੀ ਧੀ ਆ ਇਹ। ਆਹੀ ਉਮੀਦ ਸੀ ਭੈਣ ਜੀ, ਹਾਂ ਹੱਥ ਬੰਨ ਕੇ ਬੇਨਤੀ। ਨਾ ਨਾ ਹੱਥ ਕਿਉਂ ਬੰਨੇ, ਲੈ ਦੱਸ। ਮੇਰੀ ਧੀ ਦੇ ਸਿਰ 'ਤੇ ਹੱਥ ਰੱਖੇ ਹੈ। ਨਾ ਨਾ ਭੈਣੇ ਮੇਰੀ ਆਪਦੀ ਹੈ ਇਹ। ਸਹੀ ਗੱਲ ਹੈ ਕੁੜਮਣੀਏ, ਤੇਰੀ ਧੀ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰੇ ਪੁੱਤ ਦਾ ਹੀ ਹੈ, ਪਰ ਤੁਸੀਂ ਸਮਝਦਾਰ ਹੋ, ਕੋਈ ਗੱਲ ਨਹੀਂ, ਅਸੀਂ ਉਹਦੇ ਨੱਥ ਪਾ ਦਿਆਂਗੇ, ਹੌਲੀ ਹੌਲੀ ਉਹਨੂੰ ਟਿਕਾ ਲਾਂਗੇ, ਅਤੇ ਆਪਦੀ ਧੀ ਨੂੰ ਸਮਝਾਈ ਅਤੇ ਨਾ ਉਹਨੂੰ ਨਾਲ ਲੈ ਕੇ ਜਾਈ, ਊਂ ਜੀ ਸਦ ਕੇ ਜਾਵੇ, 10 ਦਿਨ ਲਾਵੇ, 5 ਦਿਨ ਲਾਵੇ, ਉਵੇਂ ਜੀ ਸਦ ਕੇ ਜਾਵੇ। ਨਾ ਕੋਈ ਨਾ ਜੀ, ਮੈਂ ਲੈ ਕੇ ਨਹੀਂ ਜਾਂਦੀ ਹੈਗੀ, ਬਸ ਚੱਲ ਉਹ ਨਹੀਂ ਜਾਊਗਾ, ਵਰਿੰਦਰ ਨਹੀਂ ਜਾਊਗਾ, ਤਾਂ ਤੁਸੀਂ ਆਪ ਮਿਲਿਆ ਲਿਆਇਓ। ਕਿਉਂ ਨਹੀਂ ਜਾਊਗਾ ਭੈਣ ਜੀ ਵਰਿੰਦਰ? ਵਰਿੰਦਰ ਹੀ ਜਾਊਗਾ, ਨਾਲੇ ਆਪ ਤੂੰ ਸਿਆਣੀ ਹੈ, ਫਰਕ ਪੈਂਦਾ ਪੈ ਜਾਂਦਾ, ਹੈ ਨਾ। ਫਿਰ ਜੇ ਕੇਰਾਂ ਹੁਣ ਰੁੱਸ ਕੇ ਬਾਗੀ, ਫਿਰ ਬਾਹਲਾ ਵੱਡਾ ਫਰਕ ਪੈ ਜੂ ਇਹਨਾਂ 'ਚ। ਨਾ ਮੈਂ ਨਹੀਂ ਲਿਜਾਂਦੀ ਹੈਗੀ ਭੈਣ ਜੀ। ਆ ਜਾ ਭੈਣ ਜੀ, ਆਪਾਂ ਤਾਂ ਇੱਥੇ ਵੇਲਾ ਪੂਰਾ ਕਰਤਾ ਗੱਲਾਂ 'ਚ, ਅੰਦਰ ਚੱਲੀਏ, ਆ ਜਾਓ ਚਾਹ ਪਾਣੀ ਪੀਏ ਆਪਾਂ। ਪ੍ਰੀਤ ਦੇਖ ਪੁੱਤ, ਸਿਆਣੀ ਬਣ, ਕਮਲ ਨਹੀਂ ਮਾਰਿਆ ਕਰਦੀ, ਨਾ ਚੜ੍ਹਦੀ ਜਵਾਨੀ 'ਚ ਪੁੱਤ ਸਭ ਤੋਂ ਹੀ ਗਲਤੀ ਹੋ ਜਾਂਦੀ ਹੈ, ਕੋਈ ਗੱਲ ਨਹੀਂ, ਕਦੇ ਤਾਂ ਸੁਧਰੂ ਗਈ। ਮੰਮੀ ਐਵੇਂ ਥੋੜ੍ਹੀ ਹੁੰਦਾ, ਜੇ ਉਹਦੀ ਥਾਂ 'ਤੇ ਮੈਂ ਹੁੰਦੀ ਮੈਨੂੰ ਮਾਫ਼ ਕਰ ਦਿੰਦਾ, ਅਤੇ ਨਾਲੇ ਜਵਾਨੀ ਤਾਂ ਹਰੇਕ 'ਤੇ ਚੜ੍ਹਦੀ ਆ, ਜਦੋਂ ਪਤਾ ਹੀ ਅਗਲੇ ਨੂੰ ਵੀ ਮੇਰਾ ਵਿਆਹ ਹੋ ਗਿਆ, ਫਿਰ ਬਾਹਰ ਮੂੰਹ ਮਾਰਦਾ ਸੋਹਣਾ ਥੋੜ੍ਹੀ ਲੱਗਦਾ। ਪੁੱਤ ਤੇਰੀ ਗੱਲ ਮੰਨਦੀ ਹਾਂ ਵੀ ਸੋਹਣਾ ਨਹੀਂ ਲੱਗਦਾ, ਪੁੱਤ ਫਿਰ ਵੀ ਧੀਵੀ ਨਾ ਬੰਦੇ ਦੇ ਪੈਰ ਦੀ ਜੁੱਤੀ ਹੁੰਦੀ ਹੈ। ਕੋਈ ਨਾ ਮੇਰੀ ਧੀ ਸਿਆਣੀ ਬਣ, ਆਪਦਾ ਘਰ ਆਪ ਨਹੀਂ ਬਰਬਾਦ ਕਰਿਆ ਕਰਦੇ, ਨਹੀਂ ਤੈਨੂੰ ਵਧੀਆ ਸੋਹਣਾ ਘਰ ਬਾਰ ਮਿਲ ਗਿਆ। ਨਾਲੇ ਪੁੱਤ ਮੰਮੀ ਘਰ ਬਾਰ ਤੋਂ ਮੈਂ ਕੀ ਕਰਾਉਣਾ, ਮੇਰੀ 1% ਵੀ ਰਿਸਪੈਕਟ ਨਹੀਂ ਕਰਦਾ ਉਹ, ਨਾ ਮੈਨੂੰ ਢੰਗ ਨਾਲ ਬੁਲਾਵੇ, ਫਿਰ ਮੈਂ ਇੱਥੇ ਰਹਿ ਕੇ ਕਰਨਾ ਵੀ ਕੀ ਹੈ? ਨਾ ਮੇਰੀ ਧੀ ਜਾਣ ਦਾ ਨਾਂ ਨਾ ਲੈ, ਨਾਲੇ ਤੈਨੂੰ ਪਤਾ ਹੀ ਹੈ ਮੈਂ ਕੀ ਮੂੰਹ ਦਿਖਾਉਂਗੀ, ਆ ਤੇਰੇ ਤਾਏ ਉਹਦੀ ਤਾਂ ਉਹੀ ਨਹੀਂ ਮਾਨ ਹੈਗੇ, ਫਿਰ ਆਖਣਗੇ ਚੌੜੀ ਹੋ ਕੇ ਕੁੜੀ ਵਿਆਹੀ ਸੀ, ਆ ਬਠਿਆਲੀ ਕਰੇ ਮੋੜ ਕੇ, ਉਹ ਤਾਂ ਪਹਿਲੀ ਨਹੀਂ ਮੈਨੂੰ ਉੱਥੇ ਰਹਿਣ ਦਿੰਦੇ, ਪਹਿਲੀ ਉਹਨਾਂ ਨੂੰ ਤਾਂ ਵੀ ਕਦੋਂ ਕੱਢਦੀ ਇਹਨੂੰ, ਹੁਣ ਉਹਨਾਂ ਨੂੰ ਪੁੱਤ ਜ਼ਿਆਦਾ ਮੌਕਾ ਮਿਲ ਜੂਗਾ। ਮੰਮੀ ਇਹੀ ਗੱਲਾਂ ਕਰਕੇ ਤਾਂ ਮੈਨੂੰ ਸਾਰਾ ਕੁਛ ਜਰਨਾ ਪੈ ਰਿਹਾ, ਅਤੇ ਨਾਲੇ ਜੇ ਆਪਾਂ ਘਰੋਂ ਵਧੀਆ ਹੁੰਦੇ ਤਾਂ ਫਿਰ ਮੈਂ ਕਾਹਨੂੰ ਇੰਨਾ ਕੁਛ ਜਰਦੀ, ਇਹ ਤਾਂ ਪਤਾ ਨਹੀਂ ਹੁਣ ਮੇਰੀ ਗਲਤੀ ਆ ਜਾਂ ਆਪਣੇ ਕਰਮਾਂ 'ਚ ਐਵੇਂ ਲਿਖਿਆ ਸੀ, ਕੋਈ ਗੱਲ ਨਹੀਂ ਜਰ ਲੂੰਗੀ ਮੈਂ ਤਾਂ, ਨਾ ਜਿਉਂਦਿਆਂ 'ਚ ਅਤੇ ਨਾ ਮਰਿਆਂ 'ਚ। ਨਾ ਨਾ ਮੇਰੀ ਧੀ ਅਈਆਂ ਗੱਲਾਂ ਨਹੀਂ ਕਰਿਆ ਕਰਦੇ ਪੁੱਤ, ਮਾੜਾ ਜਿਹਾ ਪੁੱਤ ਦਲੇਰ ਬਣ ਕੇ ਰਹੀਦਾ ਹੁੰਦਾ, ਤੂੰ ਤਾਂ ਮੇਰੀ ਸ਼ੇਰ ਨੀਤੀ ਹੈ,
ਮੇਰੇ ਨਾਲ ਇਹੋ ਜਿਹੇ ਹਾਲਾਤਾਂ ਨਾਲ ਲੜੀ ਹੈ ਤੂੰ, ਅਤੇ ਹੁਣ ਤੂੰ ਮਾੜੇ ਜਿਹੇ 'ਚ ਹਾਰ ਗਈ। ਮੇਰੀ ਧੀ ਬਣ ਕੇ ਮੇਰੀ ਬੇਇੱਜ਼ਤੀ ਨਾ ਕਰਾ ਦੀ। ਨਹੀਂ ਹੋਣ ਦਿੰਦੀ ਮੰਮੀ ਮੈਂ ਤੁਹਾਡੀ ਬੇਇੱਜ਼ਤੀ, ਅਤੇ ਨਾ ਹੀ ਤੁਹਾਡਾ ਕਦੇ ਸਿਰ ਨਹੀਂ ਮੈਂ ਹੋਣ ਦੇਵਾਂ। ਕੋਈ ਗੱਲ ਨਹੀਂ, ਜਿਹੋ ਜਿਹਾ ਹੈਗਾ ਸਾਰਾ ਕੁਛ ਆਪੇ ਕੱਟ ਲੂੰਗੀ ਮੈਂ। ਪੁੱਤ ਮੈਨੂੰ ਆਹੀ ਉਮੀਦ ਸੀ ਤੇਰੇ ਤੋਂ। ਚੰਗਾ ਫਿਰ, ਸਿਆਣੀ ਬਣ ਕੇ ਰਹੀ। ਮੈਂ ਜਾਣੀ ਹਾਂ ਹੁਣ, ਫਿਰ ਘਰੇ ਦੇਖੀ ਡੰਗਰ ਪਸ਼ੂ ਭੁੱਖੇ ਖੜ੍ਹੇ ਹੋਣੇ। ਚੰਗਾ ਪੁੱਤ, ਕੋਈ ਨਾ ਤੇਰੀ ਮੰਮੀ ਨੂੰ ਲੈ ਕੇ ਆ ਜੀ, ਮਿਲ ਆਈ। ਅਸਲ ਤਾਂ ਆਪੀ ਤੋਰਨਗੇ ਵਰਿੰਦਰ ਨੂੰ, ਜੇ ਨਹੀਂ ਆਊਗਾ ਤਾਂ ਤੇਰੀ ਮੰਮੀ ਆ ਜਾਊ ਤੇਰੇ ਨਾਲ। ਚੰਗਾ ਪੁੱਤ, ਰੋਟੀ ਖਾ ਕੇ ਚੱਲ ਜਿਓ ਮੰਮੀ। ਨਾ ਪੁੱਤ, ਮੈਂ ਰੋਟੀ ਖਾ ਕੇ ਆਈ ਸੀ, ਆ ਨਾਲ ਤਾਂ ਪਿੰਡ ਹੈ ਆਪਣਾ, ਕਿਹੜਾ ਵਾਲੀ ਦੂਰ ਹੈ। ਕੋਈ ਨਾ ਪੁੱਤ, ਐਂ ਉਦਾਸ ਹੋ ਕੇ ਨਾ ਰਹੀ ਮੇਰੀ ਧੀ, ਖੁਸ਼ ਖੁਸ਼ ਰਿਹਾ ਕਰ। ਚੰਗਾ, ਵਧੀਆ ਚੱਲ, ਸਿਆਣੀ ਬਣ ਕੇ ਰਹੀ। ਮੈਂ ਡੈਡੀ ਨੂੰ ਕਹਿ ਦਿੰਦੀ, ਉਹ ਛੱਡ ਆਉਣਗੇ ਤੁਹਾਨੂੰ ਮੰਮੀ। ਚੱਲ ਕੋਈ ਨਾ ਪੁੱਤ, ਮੈਂ ਲੰਘ ਜਾਊਂਗੀ, ਕੋਈ ਗੱਲ ਨਹੀਂ। ਚੰਗਾ, ਤੇਰੀ ਮੰਮੀ ਮੂਹਰੇ ਹੀ ਬਾਹਰ ਗਏ? ਹਾਂਜੀ ਬਾਹਰ ਹੀ ਆ। ਚੰਗਾ ਪੁੱਤ।